ਨਿੱਕੇ ਲਈ ਇਹ ਹੈ ਕਦੂ ਸਾਦੀ ਤੂਰੀ ਤੇ ਕਰੇਲਾ ਕਦੂ ਸਾਦੀ ਤੂਰੀ ਕਰੇਲਾ ਅਲੈਕੁਮ ਸਲਮ ਮੈਂ ਹਾਂ ਉਮਰ farooq ਤੇ ਸਾਰੇ ਦੇਖਦੇ ਪਏ ਮੇਰਾ YouTube ਚੈਨਲ umar official ਉਮੀਦ ਕਰਨਾ ਸਾਰੇ ਦੋਸਤੀ ਕੋ ਤੇ ਅੱਜ ਅਸਾਂ ਬਾਤ ਆਪਣੇ ਇੰਦੇ ਉਤੇ ਕਿਉਂਕਿ ਅਸਾਂ ਪਿਛਲੇ ਦਫਾ ਪੜਾਇਆ ਬਹਾਂ ਭਿੰਡੀਆਂ ਤੇ ਅੱਜ ਸਾਰੇ ਸ਼ੁਕਰ ਹੈ ਅਲਹਮਦੁਲਿਲਾ ਮਾਸ਼ਾਅੱਲਾ ਸਾਡੀ ਭਿੰਡੀ ਦਾ ਜਰਨਾ ਉਹ ਚੋਪਾ ਨਿੱਕੇ ਲਾਇ اصا اپنے آگے سبزی دے کے دیکھ دے پائے پہ ساری سبزی ساری ماشاءاللہ اللہ بہت خوشحال ہے ہوں اللہ دے حکم نال نالوں ساڑی آتی دی ہے گرمی دی سبزی تے یاراں سارے دوستوں کو بہراواں کو تے جِگر کو آئی دکھا سا ساری ماشاءاللہ بھنڈی نکل تے جتنے بھی دوست سارے چینل نوے ہیں سارے دوستوں کو ریکویسٹ ہے سارے چینل کو لائک کرو سبسکرائب کرو شیئر کرو کامنٹس کرو مہربانی دوست دیکھ دے آئیں کیونکہ آئندہ آئندہ بہت زبردست ہر شاید ثابت ہوئی ہے یہ ماشاء اللہ جرا ਦੇਖਦੇ ਪਏ ਇਹ ਤੂਤ ਇਹ ਤੂਤੇ ਮਾਸ਼ਾਅੱਲਾ ਹਰ ਸ਼ੈ ਸਾਵੀ ਥੀ ਹੈ ਇਹ ਇਹ ਵਸਲ ਜਿਹੜਾ ਨਾ ਉਹ ਕੱਚਾ ਵਸਲ ਜੇ ਕੁਸਰ ਨੇ ਇਹ ਹੈ ਉਹ ਕੱਚਾ ਵਸਲ ਤੇ ਜੁਲਦੇ ਪਏ ਹੁਣ ਅਸਾਂ ਆਪਣੇ ਭਿੰਡੀਆਂ ਵਾਲੇ ਪਾਸੇ ਤੇ ਯਾਰਾਂ ਕੋ ਸਾਰਾ ਮਾਹੌਲ ਲਿਖੇ ਨਾ ਮਾਸ਼ਾਅੱਲਾ ਆਈ ਨਾ ਸਾਰੇ ਬੂਟੇ ਜਿੰਨੇ ਵੀ ਬੂਟੇ ਲੱਗੇ ਲੱਗੇ ਪੈਣ ਨਾ ਫਫੜੇ ਪੈਣ ਉਹਨਾਂ ਦਾ ਰੰਗ ਵੀ ਵੀ ਆਏ ਅੱਲਾ ਦੇ ਹੁਕਮ ਨਾਲ ਸਾਰੇਆ ਦੋਸਤਾਂ ਕੋ ਅੱਜ ਆਪਣੇ ਗਾਉਂ ਬਵਾਰ ਪੱਕਾ ਦਾ ਮਾਹੌਲ ਲਿਖੇਂਦਾ ਪਿਆ ਤੇ ਜਿਤਨੇ ਵੀ ਦੋਸਤ ਸਾਡੇ ਚੈਨਲ ਤੇ ਨਵੇਂ ਆਂ ਜਿੰਨਾ ਕੋ ਦਿਨਾ ਢਿੱਲਾ ਦੇ ਜਿੰਨਾ ਢਿੱਲਾ ਦੇ ਸਾਰੇ ਚੈਨਲ ਕੋ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟਸ ਕਰੋ ਜਿਦੋਂ ਦੇਖਾਂ ਹੁਣ ਭਿੰਡਿਆ ਵਾਲੇ ਪਾਸੇ ਦਿਖਾਈ ਮੀ ਇਹ ਹੈ ਵਸਲ ਦੇਖਦੇ ਪਾਵੇ ਇਹ ਹੈ ਸਾਰਾ ਵਸਲ ਸਾਰੇ ਯਾਰਾਂ ਕੋ ਦਿਖਾਈ ਮੀ ਹੁਣ ਵੇਦਾ ਪਿਆ ਇਹ ਫਸਲਾਂ ਦੇ ਵਿੱਚ ਲੱਗੀ ਪਈਏ ਕਿਹੜੀ ਸ਼ਾਇ ਇਹੇ ਸਬਜ਼ ਮਰਾਚ ਸਾਡੇ ਦੇਸੀ ਗਾਉਂ ਦੀ ਦੇਸੀ ਮਾਹੌਲ ਦੀ ਸਾਵੀ ਮਰਾਚ ਔ ਮਾਮਾ ਘੋਬੀ ਦਾ ਫੁੱਲ ਛੋੜੀ ਪਾਇ ਇਹ ਸਾਰਾ ਜਰੈਨਾ ਸਾਵੇ ਮਰਚਾਂ ਵਿੱਚ ਲੱਗੀਆਂ ਪੀਨ ਤੇ ਇਹ ਬਾਹਰ ਅਗੂ ਵਾਲੇ ਦਿਖੈਨਾ ਸਾਰੇ ਜਿੰਨੇ ਵੀ ਇੱਥਾ ਬੰਦਣੀਆਂ ਬੁੜੀਆਂ ਪੀਨ ਉਹਦੇ ਵਿੱਚ ਸਾਵੇ ਮਰਚਾਂ ਹੋਣੇ ਸਾਰੀ ਸਬਜ਼ ਮਰਾਚ ਵਹਾ ਦਿੱਤੀ ਸੇ ਅੱਲਾ ਦੇ ਹੁਕਮ ਨਾਲ ਸਾਰਿਆਂ ਦੋਸਤਾਂ ਨੂੰ ਦਿਖੈਨਾ ਅਗੂ ਦਾ ਮਾਹੌਲ ਇਹ ਖੜੇ ਥਿਆ ਸਦਾ ਨਿਬੂ ਇਹ ਵੀ ਸਦਾ ਨਾ ਮਾਲਟਾ ਇਹ ਮਾਲਟਾ ਇਹ ਵੀ ਮਾਲਟਾ ਉਹ ਦਿਖਾਇਮ ਯਾਰਾਂ ਕੋ ਇਹ ਇਹ ਵੱਲੀਆਂ ਅੱਗੇ ਇਥਾਂ ਹਾਈ ਸਾਗ ਪਿਛਲੇ ਸਰਦੀਆਂ ਵਾਲੀ ਜਿਹੜੀ ਸਬਜ਼ੀ ਆਈ ਉਹ ਤਾਂ ਕੋ ਸਾਗ ਦਿਖਾਇਮ ਹੁਣੀ ਤਾਂ ਮਾਸ਼ਾਅੱਲਾ ਨਿਕਲੇ ਇਹ ਇਹ ਹੈ ਕੱਦੂ ਸਾਦੀ ਤੂਰੀ ਤੇ ਕਰੇਲਾ ਕੱਦੂ ਸਾਦੀ ਤੂਰੀ ਕਰੇਲਾ ਇਹ ਸਾਰੀ ਅੱਲਾ ਦੇ ਹੁਕਮ ਨਾਲ ਵਹਾ ਦਿੱਤੀ ਸੈਂ ਦੇਖਦੇ ਪਾਵੇ ਖੇਲਾ ਆ ਸਾਹਮਣੇ ਸਾਰੇ ਖੇਲਾ ਬੂੜੀਆਂ ਪੀਣ ਇਹਦੇ ਵਿੱਚ ਕਦੂ ਸਾਦੀ ਤੂਰੀ ਤੇ ਕਰੇਲਾ ਬੁੜ ਗਏ ਹੁਣ ਮੇਦੇ ਪਾਇ ਅਸਾਂ ਭਿੰਡੀ ਵਾਲੇ ਪਾਸੇ ਤੇ ਯਾਰਾਂ ਕੋਈ ਬਈ ਸ਼ੈ ਵੀ ਨਹੀਂ ਖੇਨਾ ਦੋਸਤੋ ਉਹ ਕੇਰੀ ਸ਼ਾਇ ਹੈ ਜਿਹੜੀ ਅਸਾਂ ਬੜੀ ਸ਼ੌਕ ਨਾਲ ਖਾਂਦੇ ਆਸੇ ਕਿਸ਼ ਖਾਂਦੇ ਆਸੇ ਪਤਾ ਅੱਛਾ ਇਹ ਜਿਹੜਾ ਇਹ ਤਾਂ ਸਾਗ ਹੈ ਤੇ ਸਾਗ ਦੇ ਵਾਸਤੇ ਜਿਹੜਾ ਬੀਜ ਦੇ ਵਾਸਤੇ ਖੜਾਇਆ ਆਸੇ ਮਾਸ਼ਾਅੱਲਾ ਇਹ ਹੈ ਸਾਗ ਦਾ ਬੀਜ ਇਹ ਹੁਣ ਤਿਆਰ ਥੀ ਗਏ شکر ہے الحمدللہ بات اے جی میں سردی آسی بات سائیں وہسوں پودنا بھی وا وا کر دیکھ دے پہوے او شائے سلاد اے, اے سلاد کھڑیے بیج واسطے کیونکہ سلاد بغیر تب بندہ کہیں کام دا نہیں ہوتا نا کیونکہ اسا سلاد جی رہے ویلے کپڑ لکھے نام تاکو تازہ ہشاش پشاش سلاد ਕਿ ਇਹ ਬੀਜ ਦੇ ਵਾਸਤੇ ਇਹ ਰਹਿ ਗਈਏ ਇਹ ਬੰਦੜੀ ਕੋ ਬੀਜ ਦੇ ਵਾਸਤੇ ਖੜਾਇਆ ਸੀ ਬੀਆ ਸਾਰੀ ਦੇ ਵਿੱਚ ਕਦੂ ਕਰੇਲਾ ਤੇ ਬੀਆ ਇਹ ਪਾਸੇ ਤੇ ਭਿੰਡੀ ਇਨੂੰ ਦੇਖੇ ਨਾ ਭਿੰਡੀ ਇਹ ਕਦੂ ਕਰੇਲਾ ਤੇ ਸਾਦੀ ਤੂਰੀ ਆ ਗਈਏ ਇਹ ਖੜਨ ਸੋਏ ਹੈ ਇਹ ਸੋਏ ਨਾ ਉਹ ਹੈ ਗਾਜਰ ਦਾ ਬੀਜ ਯਾਦ ਆਂਦੇ ਦੋਸਤੋ ਗਾਜਰ ਦਾ ਬੀਜ ਜਿਹੜੇ ਟਾਈਮ ਵਹਾਇਆ ਸੀ ਇਹ ਹੈ ਗਾਜਰ ਦੇ ਬੀਜ ਦਾ ਬੂਟਾ ਦੇਖ ਸਕਦੇ ਵੇ ਤੁਸੀਂ ਹੈ ਜਿਹੜਾ ਆਸਾਂ ਪਹਿਲੇ ਵੀ ਮੈਂ ਵੀਡੀਓ ਸ਼ੋਅ ਕੀਤੀ ਹੈ ਮੈਂ ਆ ਕੇ ਸਾਰੇ ਸਾਰੇ ਦੋਸਤਾਂ ਯਾਰਾਂ ਭਰਾਵਾਂ ਨੂੰ ਦਿਖਾਇਆ ਸਾ ਇਹ ਗਾਜਰ ਦਾ ਬੀਜ ਆ ਗਿਆ ਇਹ ਜਿਸ ਟਾਈਮ ਪੱਕ ਸੀ ਨਾ ਵਾਹ ਸਾਰੇ ਦੋਸਤਾਂ ਨੂੰ ਦਿਖਾਇਆ ਸਾ ਅੱਲਾ ਦੇ ਹੁਕਮ ਨਾਲ ਇਤਨਾ ਸਾਰਾ ਭਿੰਡੀ, ਘਰੇਲਾ, ਸਾਦੀ ਤੂਰੀ ਇਹ ਲੱਗ ਜੇ ਤੇ ਹੁਣ ਸਮੇ ਦੇ ਪੈ ਆਪਣਾ ਭਿੰਡੀ ਦੇ ਸਿਰ ਦੇ ਉੱਤੇ ਕਿਉਂਕਿ ਸਾਡੀ ਮਾਸ਼ਾਅੱਲਾ ਭਿੰਡੀ ਹੋਣ ਬਹੁਤ ਜ਼ਬਰਦਸਤ ਥੀ ਗਈਏ ਦੇਖਦੇ ਪਾਵੇ ਦੋਸਤੋ ਇਹ ਸਾਰੀ ਭਿੰਡੀ ਲੱਗੀ ਪਈ ਏ ਦੇਖਦੇ ਪਾਵੇ ਉਹਦੇ ਜਰੇ ਉਹ ਪਰੂ ਵਾਲੀ ਖੇਲ ਹੈ ਉਹ ਹੈ 사ਦੀ ਤੂਰੀ ਕਰੇਲਾ ਤੇ ਕੱਦੂ ਤੇ ਇਹ ਹੈ ਸਾਰੀ ਭਿੰਡੀ ਤੇ ਭਿੰਡੀ ਮਜ਼ੀਦ ਵੀ ਅੱਲਾ ਦੇ ਹੁਕਮ ਨਾਲ ਲੈਸੂ ਬਸ ਹੁਣ ਦਿਵਾਰਾਂ ਆਗਨ ਭਿੰਡੀ ਲਾਵਣ ਜਾਵੀ ਕਿਉਂਕਿ ਜਿਹੜੀ ਇਹ ਸਾਡੇ گاਉਂ ਦੇ ਸਾਡੇ ਬਬਰ ਦੀ ਜਿਹੜੀ ਸਬਜ਼ੀ ਹੈ ਨਾ ਸਾਫ ਸ਼ਫਾਫ ਪਾਣੀ ਵਾਲੀ ईअं भी ज़हका बि यार अॻे ॾिखाए ॾिसाया बि ही की जहिड़े साढे गांव जे नज़दीक ई सब्जी खा सन न त उन को ओ वाकई यादि करे वाकई उमिरि भई इव नद आहे की सब्जी सब्जी जुलदे आए हूं कहिड़े पासे भिंडी थो खा ॾिती आयमि सादी तूरी ॾिख टमाटर इहे सॾा माशा अलाह टमाटर जे बूटे बि खड़े थाए खड़नि ਪਨੀਰੀ ਲਈ ਆਸੇ ਤੇ ਹੋਰ ਸ਼ੁਕਰ الحمدللہ ਇਹ ਵੀ ਨਿਖੇ ਲਾਇਨ ਇਹ ਦੇਖਦੇ ਪਾਵੇ ਇਹ ਸਾਰਾ ਲਗਾ ਪਾਏ ਟਮਾਟਰ ਇਹ ਟਮਾਟਰ ਦੇ ਖੇਲਾ ਬੜੀਆਂ ਪੀਨ ਪਰੂ ਸਾਰਾ ਤੱਕ ਦਿਖ ਆਇਆ ਭਿੰਡੀ ਤੂਰੀ ਕਦੂ ਕਰੇਲਾ ਸਾਰਾ ਦਿਖ ਆਇਆ ਇਹ ਆ ਗਏ ਹੋ ਟਮਾਟਰ ਦੇ ਉਤੇ ਟਮਾਟਰ ਕੁਲ ਵੇਨੇ ਆ ਤੇ ਸਾਡਾ ਮਾਸ਼ਾਅੱਲਾ ਆਂਬ ਵੀ ਸਾਡਾ ਹਸ਼ਾਸ਼ ਪਸ਼ਾਸ਼ ਦੀ ਆ ਪਾਏ ਆਂਬ ਸਾਡਾ ਬੂਰਾ ਨੱਪੀ ਪਾਏ ਜਿਹਰੇ ਵੇਲੇ ਹੁਣ ਕੱਚੇ ਆਂਬ ਜਿਹੜਾ ਲੱਗੇ ਕੱਚੇ ਆਂਬ ਹੋਣੇ ਤੇ ਯਾਰਾਂ ਜਿਹੜਾ ਦਸੇਦਾ ਪਿਆਮ ਨਾ ਇਹ ਆਸਾ ਆਪਣੇ ਆ ਗਏ ਤੂਤਾ ਦੇ ਛਾਂ ਹੋਵੇ ਤੇ ਉਨੀਆਂ ਦੇ ਸਿਰ ਤੱਲੇ ਬਾਹ ਹੋਵੇ ਕਿਵੇਂ ਆਦਨ ਸਰੇਕੀ ਦਾ ਗਮ ਓਢੇ ਨਹੀਂ ਇਹ ਇਹ ਹੈ ਸਾਡਾ ਆਂਬ ਬੂਰਾ ਨੱਪੀ ਪਾਇ ਮਾਸ਼ਾਅੱਲਾ ਕੱਚੇ ਆਂਬ ਵੀ ਤਾਂ ਖਾਉਣ ਨਾਈਸ ਇਹੀ ਦੇ ਵਿੱਚ ਦੇਖਦੇ ਪਾਵੇ ਦੋਸਤੋ ਸਾਰੇ ਦੋਸਤਾਂ ਕੋ ਬੂਰਾ ਦਿਖੇ ਨਾ ਇਹਦਾ ਹਾਲ ਟਿੰਡੜੀ ਮਿੰਡੜੀ ਆਈ ਵਦੀ ਏ ਇਹ ਹੈ ਸਾਡਾ ਅੰਬ ਕਿਉਂਕਿ ਸਾਡੇ ਘਰ ਦੇ ਨਾਲ ਜਿੰਨਾ ਵੀ ਮਾਹੌਲ ਹੈ ਨਾ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਮਾਹੌਲ ਹੈ ਹਰੀਆਲੀ ਹੀ ਹਰੀਆਲੀ ਹੈ ਇਹ ਇੱਥਾਂ ਵੀ ਥੋਮ ਵੀ ਲਗਾ ਪਾਏ ਤੇ ਫਸਲ ਵੀ ਲਗਾ ਪਾਏ ਤੇ ਇਹ ਗਾਜਰ ਵਾਲਾ ਬੀਜ ਵੀ ਸਾਰਾ ਲਗਾ ਪਾਏ ਘਾਹ ਉਡਾ ਪਾਏ ਉਹ ਸਾਗ ਅੱਛਾ ਸਾਗ ਦਿਖਣਾ ਚਾਹ ਕੋ ਸਾਗ ਕਿਹੜੀ ਹਾਲਤ ਦੇ ਵਿੱਚ ਉਹ ਥੀ ਇਹ ਸਿੰਗੜੇ ਵਾਲਾ ਨਿੰਬੂ ਇਹ ਵੀ ਸਿੰਗੜੇ ਵਾਲਾ ਨਿੰਬੂ ਇਹ ਮਲਟਾ ਜਿਲਦੇ ਪਾਇ ਸਾਗ ਦੇ ਸਿਰ ਦੇ ਉੱਤੇ ਜਿਹੜਾ ਤੋ ਦਿਖਾਇਆ ਮੈਂ ਨਾ ਸਾਗ ਦਾ ਬੀਜ ਹੁਣ ਦਿਖਾਇਆ ਨਾ ਤੋ ਕੋ ਸਾਗ ਦਾ ਕੈਸ਼ੇ ਜਿਹਰੇ ਵਲੇ ਬੂਟਾ ਭੜੇ ਨੇ ਨਾ ਇਹ ਵੀ ਟਮਾਟਾ ਰੇ ਮਾਸ਼ਾ ਅੱਲਾ ਇਹ ਵੀ ਬਹੁਤ ਜ਼ਬਰਦਸਟ ਟਮਾਟਰ ਬੜਾ ਖੜੇ ਇਹ ਹੈ ਸੌਂਫ ਯਾਰੋ ਇਹ ਹੈ ਸੌਂਫ ਇਹਦੇ ਦੇ ਪਾਇਵੇ ਸੌਂਫ ਵੀ ਅਸਾਂ ਆਪਣਾ ਆਪ ਵਹੇ ਦੇ ਰਹੇ ਆਂ ਕਿਉਂਕਿ ਸੌਂਫ ਵੀ ਤੁਹਾਂ ਕੋ ਪਤਾ ਨਾ ਸੌਂਫ ਤਾਂ ਜ਼ਹਿਰੀ ਗੋਲੇ ਖਾਮ ਖਾ ਸੋਵ ਤਾਂ ਹਰ ਘਰ ਦੇ ਇਹ ਹੈ ਸਾਗ ਦਾ ਬੀਜ ਜਿਹੜੇ ਵਲੇ ਤਿਆਰ ਕੀਤੇ ਉਹ ਉਤਾਂ ਤੋਂ ਕੋ ਦਿਖਾ ਆਇਆ ਇਹ ਹੈ ਸਾਗ ਦਾ ਬੀਜ ਇਹ ਬੀਜ ਦੇ ਵਾਸਤੇ ਛੋੜਾ ਸੀ ਤੇ ਇਹ ਹਲੇ ਨਹੀਂ ਪੱਕਾ ਇਹ ਅੱਲਾ ਦੇ ਹੁਕਮ ਨਾਲ ਇਹ ਹੁਣ ਪਖਸੀ ਤੇ ਇਹ ਉਬੋ ਜੀਆਂ ਬੀਜ ਬਾੜ ਵੇਸੀ ਕਾਲਾ ਜਿਵੇਂ ਤਕੋ ਪਹਿਲੇ ਬੀਜ ਦਿਖਾਇਮ ਇਹ ਵੀ ਉਬੋ ਜੀਆਂ ਬਿਲਕੁਲ ਬੀਜ ਬਾੜ ਵੇਸੀ ਤੇ ਯਾਰੋ ਅੱਜ ਦੀ ਤਾਂ ਕੋ ਵੀਡੀਓ ਮਜ਼ਾ ਕੀਤੀ ਹੋਸੀ ਮੈਂ ਆਪਣੇ ਸਬਜ਼ੀ ਦੀ ਵੀਡੀਓ ਤਾਂ ਕੋ ਵੜਾ ਕੇ ਦਿਖਾਈਏ گپ شپ لائیے تو جتنے بھی دوست سارے چینل کے اتنے نمے ہیں انہیں سارے دوستوں کو ریکویسٹ ہے سارے چینل کو لائک کرو سبسکرائب کرو شیئر کرو کامنٹس کرو بہت مہربانی دوست خدا حافظ